ਵੇਖੋ ਮੈਂ ਜਾਂਦਿਆਂ ਨੂੰ ਮੁਰਦਖਾਨੇ ਪਿਆ ਵੇਖਿਆ ਆਪਣਾ ਬੱਚਾ, ਮੈਂ ਕੋਈ ਵੇਖਿਆ ਨਹੀਂ ਉੱਥੇ, ਕੋਈ ਕੁਛ ਨਹੀਂ, ਵਿੱਚੋਂ ਕੱਢ ਦਿਆਂ ਦੀ ਕੋਈ ਵੀਡੀਓ ਨਹੀਂ ਮੈਂ ਵੇਖੀ, ਕੋਈ ਕੁਛ ਨਹੀਂ ਮੈਂ ਵੇਖਿਆ। रंजीत पावा ਪੰਜਾਬੀਆਂ ਦਾ ਪੂਰੇ ਵਰਲਡ ਦੇ ਵਿੱਚ ਨਾਮ ਕੀਤਾ, ਪੰਜਾਬ ਨੂੰ ਉੱਚਾ ਚੁੱਕਣ ਵਿੱਚ ਡਿਪਟੀ ਵੋਰਾ ਦਾ ਕਿੱਡਾ ਵੱਡਾ ਯੋਗਦਾਨ ਸੀ। ਇਹ ਦੱਸੋ ਵੀ ਤੁਹਾਨੂੰ ਕੀ ਲੱਗਦਾ ਇਹ ਕਤਲ? ਵੇਖੋ ਮੈਂ ਜਾਂਦਿਆਂ ਨੂੰ ਮੁਰਦਖਾਨੇ ਪਿਆ ਵੇਖਿਆ ਆਪਣਾ ਬੱਚਾ, ਮੈਂ ਕੋਈ ਵੇਖਿਆ ਨਹੀਂ ਉੱਥੇ, ਕੋਈ ਕੁਛ ਨਹੀਂ, ਵਿੱਚੋਂ ਕੱਢ ਦਿਆਂ ਦੀ ਕੋਈ ਵੀਡੀਓ ਨਹੀਂ ਮੈਂ ਵੇਖੀ, ਕੋਈ ਕੁਛ ਨਹੀਂ ਮੈਂ ਵੇਖਿਆ। ਸਿਰਫ ਮੇਰੇ ਪੁੱਤ ਦੇ ਮੱਥੇ 'ਚ ਤੇ ਆਹ ਸੱਟ ਲੱਗੀ ਮੈਂ ਵੇਖੀ ਆ। ਵੇਖੋ ਉੱਥੇ ਪਿਸਟਲ ਕੋਈ ਉਹਦਾ ਹੈ ਨਹੀਂ ਸੀ ਵਿੱਚ, ਉਹਦੇ ਕੋਲ ਸੀਗਾ ਜਿੱਦਣ ਗਿਆ, ਉੱਥੇ ਕੋਈ ਪਿਸਟਲ ਨਹੀਂ। ਕੋਈ ਅਸੀਂ ਕਹਿੰਦੇ ਹਾਂ ਕਿ ਆ ਬੱਚਿਆਂ ਦਾ, ਨਿੱਕਿਆਂ ਨਿੱਕਿਆਂ ਦਾ ਸੋਚਦੇ ਕੋਈ ਸਰਕਾਰ। ਉਹ ਵਿਚਾਰੇ ਨੇ 22 ਸਾਲ ਸੇਵਾ ਕੀਤੀ ਆ ਲੋਕਾਂ ਦੀ ਵੀ। ਦੇਖੋ ਭਾਜੀ, ਮੌਕੇ ਦੇ ਉੱਤੋਂ ਉਹਨਾਂ ਦੇ ਪਿਸਟਲ ਦਾ ਗਾਇਬ ਹੋਣਾ, ਔਰ ਅੱਜ ਤੱਕ ਸਰਕਾਰ ਨੇ, ਅਸੀਂ ਚਾਹੁੰਦੇ ਹਾਂ ਵੀ ਕੀ ਕੀਤਾ ਵਾ, ਜਦ ਕੋਈ ਇੱਕ ਕੋਈ ਪਿਸਟਲ ਦੇ ਨਾਲ ਕੋਈ ਫੋਟੋ ਵੀ ਪਾ ਦਿੱਤਾ ਜਾਂਦਾ ਤੇ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਵਾ। ਅਸੀਂ ਅੱਜ 1 ਮਹੀਨਾ ਹੋ ਚੁੱਕਾ ਵਾ ਉਹਨਾਂ ਦਾ ਪਿਸਟਲ ਬਰਾਮਦ ਨਹੀਂ ਹੋਇਆ, ਅਸੀਂ ਉਦੋਂ ਦੀ ਕਹਿ ਕਹਿ ਕੇ ਹਾਰ ਗਏ ਹਾਂ ਪ੍ਰਸ਼ਾਸਨ ਨੂੰ ਵੀ, ਪਰ ਅੱਜ ਤੱਕ ਉਹਨਾਂ ਦੇ ਪਿਸਟਲ ਦਾ ਕੋਈ ਪਤਾ ਨਹੀਂ ਲਾਇਆ ਗਿਆ। ਕੀ ਕਾਰਨ ਰਹੇ ਹੋਣਗੇ? ਅਸੀਂ ਇੱਕ ਆਮ ਪਰਿਵਾਰ ਆ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨੂੰ ਚੰਗੀ ਤਰ੍ਹਾਂ ਉਹਦਾ ਪੂਰਾ ਜਿਹੜੀ ਇਨਵੈਸਟੀਗੇਸ਼ਨ ਕਰੇ, ਆਪਣੇ ਲੈਵਲ ਤੇ ਪੂਰੇ ਉਹਦੀ ਘੋਖ ਕਰੇ, ਹੋਰ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ। ਪੁਲਿਸ ਕਹਿੰਦੀ ਐਕਸੀਡੈਂਟ ਹੈ, ਤੁਹਾਨੂੰ ਐਕਸੀਡੈਂਟ ਲੱਗਦਾ? ਦੇਖੋ ਜਦੋਂ ਪਿਸਟਲ ਉਹਨਾਂ ਦਾ ਮੇਨ ਹਥਿਆਰ ਹੀ ਗੁੰਮਿਆ ਤੇ ਅਸੀਂ ਕੀ ਸਮਝ ਸਕਦੇ ਆ? ਅਸੀਂ CM ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨੇ ਆ ਵੀ ਜਿਸ ਨੇ ਬਟਾਲੇ ਦਾ ਨਾਂ ਇੰਨਾ ਉੱਚਾ ਚੁੱਕਿਆ, ਇੱਕ ਇੰਨਾ ਤਗੜਾ ਸਮਾਜ ਸੇਵਕ ਸੀ ਉਹ, ਇੱਕ ਮਤਲਬ ਉਹਨਾਂ ਨੇ ਰਣਜੀਤ ਬਾਵਾ ਜੀ ਨੂੰ 20-25 ਸਾਲ ਤੱਕ ਉਹਨਾਂ ਨੇ ਮਤਲਬ ਪੂਰੀ ਫੁੱਲ ਤਨ ਮਨ ਧਨ ਨਾਲ ਸਪੋਰਟ ਕੀਤੀ, ਉਹਨਾਂ ਲਈ ਕੰਮ ਕਰਦੇ ਹੋਏ ਉਹ ਉਹਨਾਂ ਦੀ ਡੈਥ ਹੋਈ ਆ, ਅਤੇ ਸਾਡੀ ਇੱਕੋ ਹੀ ਸਰਕਾਰਾਂ ਅੱਗੇ ਮੰਗ ਆ, ਮਾਣਯੋਗ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ CM ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਦੇ ਪਰਿਵਾਰ ਦੇ ਉੱਤੇ ਇਹਨਾਂ ਦੀ ਸੁੱਧ ਲਈ ਜਾਏ ਅਤੇ ਇਹਨਾਂ ਦੇ ਸਿਰ ਦੇ ਉੱਤੇ ਬੱਚਿਆਂ ਦੇ, ਛੋਟੇ ਛੋਟੇ ਬੱਚਿਆਂ ਦੇ ਸਿਰ 'ਤੇ ਹੱਥ ਰੱਖਿਆ ਜਾਵੇ।